वाहिगुरु जी का खालसा, वाहिगुरु जी की फतेह। संगत जी, अज कुछ विचारां आपां करनियां सीगियां, जिहड़े कुछ इशू चल रहे आ अपनी कम्यूनिटी दे विच। इन्ने ज़्यादा कोई वड्डे पद्धर ते इशू क्रिएट करने जरूरत तो हुंदी नहीं गी जिन्नी हो जाती है, पर इहदे विचों बहुत गल्लां विचारन वालियां सामने आउंदियां आ। ਜਿੱਦਾਂ ਹੁਣ ਪਿੱਛੇ ਜੇ ਇਸ਼ੂ ਉੱਠਿਆ ਸੀਗਾ ਇੰਦਰਜੀਤ ਨਿੱਕੂ ਦਾ, ਵੀ ਇੰਦਰਜੀਤ ਨਿੱਕੂ ਕਿਸੇ ਬਾਬੇ ਕੋਲ ਗਿਆ ਅਤੇ ਕਈਆਂ ਨੇ ਇਹਦੇ ਵਿਰੋਧ ਵਿੱਚ ਵੀ ਆਪਣੇ ਵਿਚਾਰ ਪ੍ਰਗਟ ਕੀਤੇ, ਕਈਆਂ ਨੇ ਹੱਕ ਵਿੱਚ ਕੀਤੇ। ਸੋ ਇੱਥੋਂ ਹੁਣ ਆਪਣੇ ਆਪਾਂ ਨੂੰ ਕੌਮ ਦੀ ਮੈਂਟੈਲਿਟੀ ਸਮਝਣ ਦੀ ਜ਼ਰੂਰਤ ਹੈ ਵੀ ਆਪਾਂ ਕਿੱਥੋਂ ਕਿੱਥੇ ਤੱਕ ਆ ਗਏ ਹਾਂ। ਸਿੱਖ ਹੋਵੇ ਜਿਹੜਾ ਸਿੱਖ ਗੁਰੂ ਦਾ ਆ, ਉਹ ਜੇ ਇਹ ਸਪੋਰਟ ਕਰਨਾ ਪਵੇ ਵੀ ਡੇਰਿਆਂ 'ਤੇ ਜਾਣਾ ਕੋਈ ਔਖਾ ਨਹੀਂਗਾ। ਡੇਰੇ ਵੀ ਇੱਦਾਂ ਦੇ ਜਿੱਥੇ ਗੁਰੂ ਦੀ ਗੱਲ ਨਹੀਂ, ਜਿੱਥੇ ਇੱਕ ਅਕਾਲ ਪੁਰਖ ਦੀ ਗੱਲ ਨਹੀਂ, ਜਿੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਦਰਸਾਏ ਹੋਏ ਮਾਰਗ ਦੀ ਕੋਈ ਗੱਲ ਨਹੀਂ, ਜਦੋਂ ਉੱਥੇ ਇੱਦਾਂ ਦਾ ਕੋਈ ਮਸ਼ਹੂਰ ਨਾਮਵਰ ਸਿੰਗਰ ਜਾਂ ਕੋਈ ਵੀ ਵੱਡੀ ਹਸਤੀ ਜਾਂਦੀ ਆ ਤਾਂ ਉਹਦਾ ਇੰਪੈਕਟ ਬਹੁਤ ਗਲਤ ਪੈਂਦਾ ਬਾਕੀ ਕੌਮ 'ਤੇ। ਅਤੇ ਕਿਉਂਕਿ ਜਿਹੜੇ ਫੋਲੋਅਰ ਹੁੰਦੇ, ਜਿਹੜੇ ਫੈਨ ਹੁੰਦੇ, ਉਹਨਾਂ ਲੱਗਦਾ ਵੀ ਜੇ ਸਾਡਾ ਰੋਲ ਮਾਡਲ ਆ ਜਾਂ ਜਿਹੜਾ ਸਾਡਾ ਇੱਕ ਕਮਿਊਨਿਟੀ ਦਾ ਇੱਕ ਮਸ਼ਹੂਰ ਚਿਹਰਾ ਆ ਉਹ ਉੱਥੇ ਜਾਂਦਾ ਆ ਤਾਂ ਅਸੀਂ ਵੀ ਕਿਉਂ ਨਾ ਜਾਈਏ। ਦੂਜਾ ਪੱਖ ਕੌਮ ਨੇ ਚਲੋ ਬਹੁਤ ਨਾਲ ਖੜ੍ਹੇ, ਦੁੱਖ ਸਮਝਿਆ, ਦਰਦ ਸਮਝਿਆ, ਉਹ ਆਪਾਂ ਨੂੰ ਮਹਾਰਾਜ ਨੇ ਸਿਖਾਇਆ ਹੈਲਪ ਕਰਨੀ ਸਾਰਿਆਂ ਦੀ। ਪਰ ਹੁਣ ਇੱਥੇ ਆਪਾਂ ਸਿਰਫ ਇੰਦਰਜੀਤ ਨਿੱਕੂ ਦੀ ਹੈਲਪ ਕਰਨ ਨੂੰ ਅੱਗੇ ਆਏ, ਜੋ ਕਿ ਵਧੀਆ ਗੱਲ ਆ, ਪਰ ਬਾਕੀ ਜਿਹੜੇ ਸ਼ਹੀਦ ਸਿੰਘਾਂ ਦੇ ਪਰਿਵਾਰ ਆ, ਜਿਹੜੇ ਲੱਖਾਂ ਦੇ ਲੱਖ ਆਪਣੇ ਸ਼ਹੀਦ ਕਰ ਦਿੱਤੇ ਗਏ ਘਰੋਂ ਚੁੱਕ ਚੁੱਕ ਕੇ, ਨੌਜਵਾਨ ਜਾਂ ਬਜ਼ੁਰਗ ਵੀ, ਸੋ ਉਹਨਾਂ ਦੇ ਪਰਿਵਾਰਾਂ ਤੋਂ ਅੱਜ ਤੱਕ ਕਿਸੇ ਨੇ ਪੁੱਛਿਆ ਨਹੀਂ, ਉਹਨਾਂ ਤੋਂ ਆਪਾਂ ਨਾਂ ਲੈਣ ਤੋਂ ਵੀ ਡਰਦੇ ਹਾਂ। ਸੋ ਉੱਥੇ ਆਪਣੀ ਹਮਦਰਦੀ ਕਿੱਥੇ ਗਈ ਕਿ ਹਮਦਰਦੀ ਸਿਰਫ ਇੱਕ ਮਸ਼ਹੂਰ ਚਿਹਰੇ ਲਈ ਆ? ਸੋ ਗੁਰੂ 'ਤੇ ਕਿ ਆਪਾਂ ਨੂੰ ਹੁਣ ਵਿਸ਼ਵਾਸ ਹਟ ਗਿਆ ਤਾਂ ਬੇਰਿਆਂ ਜਾਣ ਦੀ ਜ਼ਰੂਰਤ ਪੈ ਜਾਵੇ? ਡਿਪਰੈਸ਼ਨ ਵਿੱਚ ਬੰਦਾ ਚਲ ਜਾਂਦਾ ਆ, ਦੁਖੀ ਬੰਦਾ ਹੁੰਦਾ, ਫਿਰ ਉਦੋਂ ਨਹੀਂ ਪਤਾ ਲੱਗਦਾ ਕੀ ਕਰਨਾ ਕੀ ਨਹੀਂ ਕਰਨਾ, ਪਰ ਉਹ ਉਦੋਂ ਹੀ ਹੁੰਦਾ ਜਦੋਂ ਆਪਣੇ ਧਰਮ ਤੋਂ ਆਪਾਂ ਟੁੱਟੇ ਹੋਈਏ, ਆਪਣੇ ਗੁਰੂ ਤੋਂ ਟੁੱਟੇ ਹੋਈਏ। ਜਿਹਨੂੰ ਗੁਰੂ 'ਤੇ ਵਿਸ਼ਵਾਸ ਆ ਤਾਂ ਭਾਈ ਮਨੀ ਸਿੰਘ ਜੀ ਵਾਂਗੂ ਬੰਦ ਬੰਦ ਵੀ ਕਟਵਾ ਲੈਂਦੇ ਆ, ਭਾਈ ਤਾਰੂ ਸਿੰਘ ਵਾਂਗ ਖੋਪਰ ਵੀ ਲੁਹਾ ਲੈਂਦੇ ਆ। ਖੈਰ ਜੋ ਉਨੀ ਅਵਸਥਾ ਦੇ ਆਪਾਂ ਮਾਲਕ ਨਹੀਂ, ਪਰ ਆਪਾਂ ਉਸ ਰਾਹ 'ਤੇ ਤਾਂ ਤੁਰ ਸਕਦੇ ਹਾਂ ਨਾ, ਆਪਣੇ ਗੁਰੂ 'ਤੇ ਵਿਸ਼ਵਾਸ ਤਾਂ ਕਰਕੇ ਰੱਖ ਸਕਦੇ ਹਾਂ। ਸੋ ਜੇ ਬਾਂਹ ਫੜਨੀ ਆ ਗ੍ਰੰਥੀ ਸਿੰਘਾਂ ਦੀ, ਰਾਗੀ ਸਿੰਘਾਂ ਦੀ, ਢਾਡੀ ਸਿੰਘਾਂ ਦੀ ਅਤੇ ਕੌਮ ਦੇ ਸ਼ਹੀਦਾਂ ਦੀ ਵੀ ਫੜੀਏ। ਸੋ ਲਾਈਵ ਆਪਾਂ ਹਲੇ ਜਾ ਨਹੀਂ ਸਕਦੇ, ਵਿਚਾਰਾਂ ਬਹੁਤ ਆ। ਸੋ 3 ਮਿੰਟ ਵਿੱਚ ਇੰਨਾ ਕੀ ਹਲੇ ਵਿਚਾਰ ਸਾਂਝੇ ਕਰਨੇ ਆਪਾਂ। ਸੋ